ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਵਰਗੀ ਸਰਦਾਰ ਕੁਲਵੀਰ ਸਿੰਘ ਭੁੱਲਰ ਜੀ। ਸਰਦਾਰ ਕੁਲਵੀਰ ਸਿੰਘ ਭੁੱਲਰ ਜੀ ਬਹੁਤ ਹੀ ਚੰਗੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ। ਹਰ ਇੱਕ ਗਰੀਬ ਦੀਨ ਦੁਖੀਏ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਸਰਦਾਰ ਕੁਲਵੀਰ ਸਿੰਘ ਭੁੱਲਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਨਵੀਂ ਦਾਣਾ ਮੰਡੀ ਮਲੋਟ ਵਿਖੇ ਪਾਏ ਗਏ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਕੁਲਵੀਰ ਸਿੰਘ ਭੁੱਲਰ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸਰਦਾਰ ਭਗਤ ਸਿੰਘ ਭਰਾ, ਬਲਵਿੰਦਰ ਸਿੰਘ ਭਰਾ, ਸਰਦਾਰ ਹਰਪ੍ਰੀਤ ਸਿੰਘ ਪੁੱਤਰ, ਸਰਦਾਰ ਸੁਖਪ੍ਰੀਤ ਸਿੰਘ ਪੁੱਤਰ, ਸਰਦਾਰ ਜਗਪ੍ਰੀਤ ਸਿੰਘ ਪੁੱਤਰ ਅਤੇ ਸਮੂਹ ਭੁੱਲਰ ਪਰਿਵਾਰ ਨੂੰ ਸਦੀਵੀਂ ਵਿੱਚ ਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਤਿਗੁਰੂ ਪ੍ਰਸਾਦ।
ਆਨੰਦ ਪਾਇਆ ਮੇਰੀ ਮਾਈ, ਸੱਚ ਕੁਝ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੀ ਸੀ ਮਨਾਂ ਦੀਆਂ ਮੈਦਾਨਾਂ, ਨਾ ਮਨ ਪਰਵਾਰ ਕਰੀਆ ਸ਼ਬਦ ਕਵਨ ਆਇਆ, ਸ਼ਬਦ ਤੋਂ ਤਕਾ ਗੰਗਾ ਜੀ ਕੇ ਦਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹੇ ਮਨ ਨੇ ਧਿਆਨ ਸਾਰੋ ਹਰਿਆ, ਕਰਦਾਰ ਹੋ ਤੂੰ ਮਨ ਮੇਰੇ ਦੁੱਖ ਸਸ ਵਿਸਾਰਨਾ, ਸੁਆਮੀ ਸੋ ਕਿਉਂ ਮਨੋ ਵਿਸਾਰੇ, ਜੇ ਨਾਨਕ ਮਨ ਮੇਰੇ ਸਦਾ ਕੋ ਗਿਆ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਨਾ ਤੇਰੇ ਸਮਝ ਰਹਿ ਜਿਸਕੇ ਜਿਸ ਪਾਵੇ, ਸਦਾ ਸੁਖ ਸਦਾ ਤੇਰੀ ਨਾਮ ਮਨ ਵਸਾਵੇ, ਨਾਮ ਜਿਸਕੇ ਮਨ ਵਸਿਆ ਬਾਜੀ ਸ਼ੁਰੂ ਜਗਨੀ, ਕਹਿ ਨਾਨਕ ਸੱਚੀ ਸਾਹਿਬ ਕਿਆ ਨਹੀਂ ਕਰ ਤੇਰੇ,
ਭਾਈ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰੇ, ਇਹ ਬੇਨਤੀ ਪ੍ਰਵਾਨ ਕਰਿਓ। ਅਗਲੀ ਕਾਰਵਾਈ ਜੀ, ਅਮਰਜੀਤ ਸਿੰਘ ਜੰਡਵਾਲਾ ਸੰਗਤਾਂ ਦੇ ਦਰਸ਼ਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਜੀ ਨੇ ਲਿਖਿਆ ਇਹ ਹੁਕਮ ਕਮਾਏ, ਘੱਲੇ ਆਏ ਨਾਨਕਾ ਸਾਡੇ ਉੱਠ ਜਾਏ। ਜੋ ਅਕਾਲ ਪੁਰਖ ਨੇ ਜਿੰਨੀ ਸਵਾਸਾਂ ਦੀ ਪੂੰਜੀ ਜਿਸ ਇਨਸਾਨ ਨੂੰ ਵੀ ਲੈ ਕੇ ਭੇਜੇ, ਉਨੀ ਭੋਗਦੇ ਹੋਏ ਉਹਦੀ ਹਾਜ਼ਰੀ ਦੇ ਵਿੱਚ ਜਦੋਂ ਉਹਦਾ ਬੁਲਾਵਾ ਆ ਜਾਂਦਾ, ਉਹ ਹਾਜ਼ਰ ਹੋਣਾ ਪੈਂਦਾ। ਮੌਤ ਅਤੇ ਜਨਮ, ਇਹ ਦੋਨੇ ਚੀਜ਼ਾਂ ਉਸ ਪਰਮਾਤਮਾ ਨੇ ਆਪਦੇ ਹੱਥ ਵਿੱਚ ਰੱਖੀਆਂ। ਇਨਸਾਨ ਨੇ ਬੜੀ ਤਰੱਕੀ ਕੀਤੀ ਹੈ, ਸੂਰਜ 'ਤੇ ਚੜ੍ਹ ਗਏ, ਚੰਦ 'ਤੇ ਚੜ੍ਹ ਗਏ, ਪਰ ਜ਼ਿੰਦਗੀ ਅਤੇ ਮੌਤ ਦਾ ਜੋ ਫੈਸਲਾ ਉਸ ਅਕਾਲ ਪੁਰਖ ਦੇ ਹੱਥ ਵਿੱਚ ਹੀ ਆ। ਉਹਨੇ ਆਪਦੀ ਮਰਜ਼ੀ ਦੇ ਮੁਤਾਬਕ ਹੀ ਕਰਨਾ। ਜਿੰਨੀ ਵੀ ਸਵਾਸਾਂ ਦੀ ਪੂੰਜੀ ਕਿਸੇ ਨੂੰ ਦੇ ਕੇ ਭੇਜੀ ਆ, ਉਨੀ ਭੋਗਦੇ ਹੋਏ ਉਹਦੀ ਹਾਜ਼ਰੀ ਵਿੱਚ ਜਾਣਾ ਪੜਦਾ। ਇਸੇ ਕਰਕੇ ਸਾਡੇ ਵੱਡੇ ਭਾਈ ਸਰਦਾਰ ਕੁਲਵੀਰ ਸਿੰਘ ਜੀ ਭੁੱਲਰ ਸਾਹਿਬ, ਜੋ ਆਪਦੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਕੁਛ ਦਿਨ ਪਹਿਲਾਂ ਆਪਣੇ ਸਾਰਿਆਂ ਨੂੰ ਅਲਵਿਦਾ ਕਹਿ ਕੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਾ ਪਰਾਜੇ। ਸਾਰੇ ਰਿਸ਼ਤੇਦਾਰਾਂ ਨੇ, ਸਾਖ ਸੰਬੰਧੀਆਂ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਨਿਵਾਸੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਵੀਰ ਸਿੰਘ ਜੀ ਭੁੱਲਰ ਮੇਰੇ, ਮੈਂ ਮਾਫੀ ਚਾਹੂੰਗੀ ਜੇ ਤੇਰਾ ਮਨ ਭਰ ਆਏ। ਮੇਰੇ ਵੱਡੇ ਭਰਾ ਸਨ ਔਰ ਮੇਰੇ ਸਾਰੇ ਪਿਤਾ ਦੇ ਭਤੀਜੇ ਸਨ। ਭੁੱਲਰ ਪਰਿਵਾਰ 'ਚ ਜਦੋਂ ਸਰਦਾਰ ਬਲਵੀਰ ਸਿੰਘ ਭੁੱਲਰ ਮੇਰੇ ਸਾਰੇ ਸਾਹਿਬ ਨੂੰ ਅਚਾਨਕ ਉਹਨਾਂ ਦੇ ਐਕਸੀਡੈਂਟ ਨਾਲ ਮੌਤ ਹੋ ਗਈ, ਤਾਂ ਸਾਡੇ ਲਈ ਸਰਦਾਰ ਬਲਵੀਰ ਸਿੰਘ ਹੀ ਪਿਤਾ ਸਮਾਨ ਸਨ। ਰਾਗੀ ਸਿੰਘਾਂ ਦਾ ਜਿਨ੍ਹਾਂ ਨੇ ਬਹੁਤ ਹੀ ਵਿਰਾਟਮਈ ਕੀਰਤਨ ਕਰਕੇ ਆਪਣੇ ਕੀਰਤਨ ਦੇ ਰਾਹੀਂ ਉਸ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹੈ, ਔਰ ਕੁਛ ਸੂਖ ਮੱਤੇ ਆਏ ਨੇ। ਸਰਦਾਰ ਜਗਮੀਤ ਸਿੰਘ ਬਰਾੜ, ਸੀਨੀਅਰ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਉਹਨਾਂ ਵੱਲੋਂ ਸੂਖ ਮਤਾਂ ਲੈ ਕੇ ਪਵਨ ਜੈਨ ਜੀ ਰੱਖੜੀਆਂ ਤੋਂ ਆਏ ਨੇ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਉਹਨਾਂ ਨੇ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਸ਼੍ਰੀ ਰਕੇਸ਼ ਢੀਂਗੜਾ ਜੀ, ਐਕਸ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਉਹਨਾਂ ਦਾ ਵੀ ਤਹਿਦਿਲੋਂ ਧੰਨਵਾਦ ਕਰਦੇ ਹਾਂ ਪਰਿਵਾਰ ਵੱਲੋਂ, ਉਹਨਾਂ ਨੇ ਵੀ ਦੁੱਖ ਵਿੱਚ ਹਾਜ਼ਰੀ ਲਵਾਈ ਆ। ਅਸ਼ਵਨੀ ਡਾਵਰ ਜੀ ਵਾਈਸ ਪ੍ਰਧਾਨ ਨਗਰ ਕੌਂਸਲ ਮਲੋਟ, ਉਹਨਾਂ ਦਾ ਵੀ ਸੁਖ ਮਤਾ ਆਇਆ, ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ।
ਜਲ ਸਪਲਾਈ ਸੈਨੀਟੇਸ਼ਨ ਪੈਟਰੋਲ ਇੰਪਲਾਈਜ਼ ਯੂਨੀਅਨ ਮਲੋਟ ਵਿਕਰਮਜੀਤ ਸਿੰਘ ਬਿੱਟੂ ਅਤੇ ਸੋਮਾ ਦਾ ਲੈ ਕੇ ਆਏ ਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਮਾਗਮ ਨੂੰ ਦੁੱਖ ਸਾਂਝਾ ਕੀਤਾ। ਸਰਦਾਰ ਸ਼ੇਰ ਸਿੰਘ ਜੀ ਕਮਾਇਆ ਐਕਸ ਐਮ ਪੀ, ਉਹਨਾਂ ਦਾ ਪਤਾ ਲੈ ਕੇ ਵਿਜੇ ਬਜਾਜ ਜੀ ਆਏ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਉਹ ਸਾਰੇ ਵਕੀਲ ਸਾਹਿਬਾਨ ਇੱਥੇ ਬਹੁਤ ਜਿਹਾ ਚਿੱਠੀ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਏ ਨਾਨਕਾ ਸੱਦੇ ਉੱਠੀ ਜਾਏ। ਮਹਾਂਵਾਕਾਂ ਅਨੁਸਾਰ ਸਰਦਾਰ ਕੁਲਵੀਰ ਸਿੰਘ ਜੀ ਪਰਮਾਤਮਾ ਦੇ ਭਾਣੇ ਨਾਲ ਆਏ ਸਨ, ਉਹਨਾਂ ਦੇ ਹੁਕਮ ਨਾਲ ਉਹ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਮੈਂ ਤੋਂ ਪਹਿਲਾਂ ਬੋਲਦੇ ਹੋਏ ਬੁਲਾਰਿਆਂ ਨੇ ਬੜੇ ਵਿਸਾਰ ਨਾਲ ਭੁੱਲਰ ਪਰਿਵਾਰ ਬਾਰੇ, ਸਰਦਾਰ ਕੁਲਵੀਰ ਸਿੰਘ ਜੀ ਬਾਰੇ ਬੜੇ ਵਿਸਾਰ ਨਾਲ ਆਪਦੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਹੈ। ਤੁਸੀਂ ਸਾਰੇ ਉਹਨਾਂ ਦੇ ਮਿਲਣ ਵਰਤਣ ਵਾਲੇ, ਉਹਨਾਂ ਦੇ ਨਾਲ ਸੁਨੇਹ ਰੱਖਣ ਵਾਲੇ, ਅੱਜ ਇੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹੋ। ਤੁਸੀਂ ਸਾਰੇ ਵੀ ਜਾਣਦੇ ਹੋ ਕਿ ਕਿਤੇ ਵਧੀਆ ਇਨਸਾਨ ਹੋ ਸਨ, ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵਾਲੇ, ਹੌਸਲੇ ਵਾਲੇ, ਅਤੇ ਜਿਵੇਂ ਦੱਸ ਰਹੇ ਸਨ ਵੀ ਉਹਨਾਂ ਨੇ ਸਾਰੀ ਉਮਰ ਕਿਸੇ ਹੌਸਲੇ ਨਾਲ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਖੇਤੀਬਾੜੀ 'ਚ ਵੀ ਤਰੱਕੀ ਕੀਤੀ, ਆਰਟ 'ਚ ਵੀ ਉਹਨਾਂ ਨੇ ਚੰਗਾ ਨਾਂ ਬਣਾਇਆ, ਟਰਾਂਸਪੋਰਟ ਦੇ ਕੰਮ 'ਚ ਵੀ ਵਧੀਆ ਉਹਨਾਂ ਨੇ ਤਰੱਕੀ ਕੀਤੀ, ਅਤੇ ਇਹੀ ਗੁੜਤੀ ਉਹਨਾਂ ਨੇ ਆਪਦੇ ਪਰਿਵਾਰ ਨੂੰ ਦਿੱਤੀ, ਆਪਦੇ ਬੇਟੇ ਹਰਪ੍ਰੀਤ ਨੂੰ, ਆਪਦੇ ਭਤੀਜਿਆਂ ਨੂੰ। ਸਰਦਾਰ ਪ੍ਰਕਾਸ਼ ਸਿੰਘ ਸੀ ਐੱਮ ਸਾਹਿਬ ਦਾ ਸੋਗ ਮਤਾ ਲੈ ਕੇ ਆਏ ਨੇ, ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਉਹ ਇੱਥੇ ਪਹੁੰਚ ਨਹੀਂ ਸਕੇ, ਉਹਨਾਂ ਨੇ ਇਹ ਵੀ ਕਿਹਾ ਦੁਬਾਰਾ ਮੈਂ ਘਰ। ਸਜਣ ਮੇਰੇ
ਸਨ
ਸੁਰਬ ਨਾ ਬੋਲਿਓ
ਸੜੀਆਂ
ਦੀ ਸਦਾ ਸੁਖ ਹੋਵੇ ਨਿਤ ਨਿਤ ਜੀ
ਬਿਲਕੁਲ ਉਹਨਾਂ ਦਾ ਨਰੋਇਆ ਸਰੀਰ ਸੀ, ਕੋਈ ਵੀ ਦੁੱਖ ਤਕਲੀਫ ਨਹੀਂ। ਬਸ ਜਿਸ ਤਰ੍ਹਾਂ ਸਤਿਗੁਰੂ ਜੀ ਦੀ ਮੱਥਾ ਲੱਗਾ, ਸਤਿਗੁਰੂ ਜੀ ਕਹਿੰਦੇ ਨੇ ਗੁਰਬਾਣੀ ਅੰਦਰ ਕਿ ਭਾਈ ਇਸ ਸਰੀਰ ਦਾ ਕੋਈ ਭਰੋਸਾ ਨਹੀਂ, ਕਿ ਕਦੋਂ ਇਸ ਮਿੱਟੀ ਦੇ ਭਾਂਡੇ ਨੂੰ ਖੇਡਣ ਲੱਗੇ ਤੇ ਇਹਦੇ ਸਵਾਸ ਨਿਕਲ ਜਾਣਾ ਭੂਸਾ ਨਾਮ। ਗੁਰੂ ਪਿਆਰੇ ਹੋ ਰਹੇ ਹੋ, ਸਾਨੂੰ ਸਭ ਨੂੰ ਸਰੀਰ ਨੂੰ ਛੋੜਾ ਦੇ ਕੇ ਇਸ ਸੰਸਾਰ ਤੋਂ ਪੂਜ ਕਰਕੇ ਉਹਨਾਂ ਦੇ ਧਰਮ ਸਤਨੀ ਬਹੁਤ ਹੀ ਸਤਿਕਾਰਯੋਗ ਮਾਤਾ ਸੁਨੀਲ ਕੌਰ ਜੀ ਅਤੇ ਉਹਨਾਂ ਦਾ ਸਾਰਾ ਪਰਿਵਾਰ, ਉਹਨਾਂ ਦੇ ਭਰਾਤਾ ਸਤਿਕਾਰਯੋਗ ਭਗਤ ਸਿੰਘ ਜੀ ਭੁੱਲਰ ਅਤੇ ਸਰਦਾਰ ਬਲਵਿੰਦਰ ਸਿੰਘ ਜੀ ਭੁੱਲਰ ਉਹਨਾਂ ਦੇ ਬੇਟੇ, ਬਹੁਤ ਹੀ ਸਤਿਕਾਰਯੋਗ ਸਰਦਾਰ ਹਰਪ੍ਰੀਤ ਸਿੰਘ ਜੀ, ਸੁਖਪ੍ਰੀਤ ਸਿੰਘ ਅਤੇ ਜਗਪ੍ਰੀਤ ਸਿੰਘ ਜੀ, ਅਤੇ ਬਹੁਤ ਹੀ ਸਤਿਕਾਰਯੋਗ ਸਾਡੇ ਲਵਪ੍ਰੀਤ ਸਿੰਘ ਜੀ ਲੱਗੀ, ਇਹਨਾਂ ਖੇੜਾ ਜ਼ਿਲ੍ਹਾ ਪ੍ਰਧਾਨ ਚੂਤ ਖਾਲੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ। ਗੁਰੂ ਪਿਆਰੇ ਹੋ, ਹੱਸਦੀ ਵਸਦੀ ਫੁਲਵਾਣੀ, ਬਹੁਤ ਚੰਗੇ ਸੰਸਕਾਰ ਉਹਨਾਂ ਨੇ ਆਪਣੇ ਪਰਿਵਾਰ ਨੂੰ ਦਿੱਤੇ ਨੇ। ਗੁਰੂ ਪਿਆਰੇ ਹੋ, ਸਾਰਾ ਪਰਿਵਾਰ ਭਾਵੇਂ ਉਹ ਚਾਚੇ ਤਾਇਆਂ ਦੇ ਲੜਕੇ ਹੋਣ, ਬੇਟੇ ਹੋਣ, ਬੇਟੀਆਂ ਹੋਣ, ਸਾਰੇ ਉਹਨਾਂ ਨੂੰ ਪਿਤਾ ਜੀ ਕਹਿ ਕੇ ਪੁਕਾਰ। ਅਤੇ ਗੁਰੂ ਗ੍ਰੰਥ ਜੀ ਦਾ ਅੱਜ ਦੇ ਜ਼ਮਾਨੇ ਦੀ ਨਹੀਂ ਤਾਂ ਗੁਰੂ ਪਿਆਰੇ ਹੋ, ਭਰਾ ਭਰਾ ਦਾ ਸਨਮਾਨ। ਮਨ ਨੂੰ ਬੜੀ ਬੜੀ ਪ੍ਰਸੰਸਾ ਹੋਈ ਕਿ ਜਦੋਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਇੱਕ ਪਿਤਾ ਵਾਂਗ ਸਾਰਾ ਪਰਿਵਾਰ, ਇੱਕ ਸਾਬਜ਼ਾ ਕਹਿ ਲਈਏ ਕਿ ਪਿਤਾ ਵਾਂਗ ਉਹਨਾਂ ਨੂੰ ਪੂਜਦਾ, ਪਰ ਅੱਜ ਉਹ ਸਦੀਵੀ ਵਿਛੋੜਾ ਦੇ ਕੇ ਉਹ ਘਾਟਾ ਪੂਰਾ ਹੋਣ ਵਾਲਾ ਨਹੀਂ। ਪਰ ਗੁਰੂ ਪਿਆਰੇ ਹੋ, ਉਹਨਾਂ ਦੇ ਕੀਤੇ ਹੋਏ ਚੰਗੇ ਕੰਮ ਅਤੇ ਚੰਗੇ ਦਿੱਤੇ ਹੋਏ ਪਰਿਵਾਰ ਨੂੰ ਸੰਸਕਾਰ, ਅਤੇ ਜਿਸ ਹਿਸਾਬ ਤੇ ਉਹ ਇਸ ਦੁਨੀਆਂ ਦੇ ਵਿੱਚ ਵਿਚਰੇ ਨੇ, ਮੈਂ ਬਹੁਤਾ ਕੁਝ ਨਾ ਕਹਾਂ, ਤੁਸੀਂ ਅੱਜ ਦੇ ਇਸ ਇਕੱਠ ਦਾ ਉਹ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਦਾ ਜੀਵਨ ਕਿਹੋ ਜਿਹਾ ਸੀ। ਇਹ ਪਰਿਵਾਰ ਕਿਸੇ ਵੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਗੁਰੂ ਪਿਆਰੇ ਹੋ, ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ, ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸਰਦਾਰ ਗੁਰਵੀਰ ਸਿੰਘ ਜੀ ਦੇ ਭੈਣ ਜੀ ਮਾਤਾ ਸੁਖਵਿੰਦਰ ਕੌਰ ਧਰਮ ਸਤਨੀ, ਸਰਦਾਰ ਸੁਖਵੰਤ ਸਿੰਘ ਜੀ ਵਿੱਕੀ ਬਹਿਣ, ਸੋ ਸਾਰਾ ਹੀ ਪਰਿਵਾਰ ਗੁਰੂ ਪਿਆਰੇ, ਜਿਨ੍ਹਾਂ ਦੇ ਵੀ ਨਾਮ ਮੈਂ ਤੋਂ ਲੈ ਕੇ ਹੋਣ, ਮੈਂ ਮਾਫ਼ੀ ਮੰਗਦਾ ਕਿਉਂਕਿ ਗੁਰੂ ਦੀ ਸੰਗਤ ਵਿੱਚ ਸਾਰੇ ਸਾਂਝੇ ਨੇ। ਸੋ ਸਾਰੇ ਪਰਿਵਾਰ ਨੂੰ ਸਤਿਗੁਰੂ ਜੀ, ਸਮੂਹ ਪੂਰਨ ਪਰਿਵਾਰ ਨੂੰ ਸਤਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ, ਅਤੇ ਉਸ ਵਿੱਚ ਵੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਇਹ ਅਰਦਾਸ ਆਪਾਂ ਸਭ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਰਨੀ ਹੈ। ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰਬਾਣੀ ਨੂੰ ਸਰਵਤ ਕੀਤਾ। ਵਿਸ਼ੇਸ਼ ਤੌਰ 'ਤੇ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰ ਭਾਈ ਸਾਹਿਬ ਭਾਈ ਜੀ ਗੁਰਿੰਦਰ ਸਿੰਘ ਜੀ, ਜਿਨ੍ਹਾਂ ਨੇ ਹੁਕਮ ਕੀਤਾ, ਉਹਨਾਂ ਦੀ ਪੂਰੀ ਰਿਸ਼ਤੇਦਾਰੀ ਹੈ ਇਸ ਪਰਿਵਾਰ ਦੇ ਨਾਲ। ਸੋ ਇਹ ਵੀ ਆਖਿਆ ਕਿ ਆਪਾਂ ਨਰੋਲ ਕੀਰਤਨ ਕਰਨਾ, ਗੁਰੂ ਪਿਆਰੇ ਹੋ,
ਸਾਡੇ ਮਨ ਨੂੰ ਉਦੋਂ ਪ੍ਰਸੰਨਤਾ ਹੁੰਦੀ ਹੈ ਕਿ ਜਦੋਂ ਗੁਰੂ ਕੀ ਸੰਗਤ ਗੁਰਬਾਣੀ ਨੂੰ ਸੁਣਨ ਵਾਲੀ ਹੁੰਦੀ ਹੈ। ਤੇ ਸਤਨਾਮ ਸੋ ਸਭਨਾ ਦਾ ਬਹੁਤ ਬਹੁਤ ਧੰਨਵਾਦ, ਸੋ ਸੰਗਤ ਦਾ ਧੰਨਵਾਦ। ਸਮੇਂ ਦੀ ਸਮਾਪਤੀ ਆਓ, ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਸਭ ਰਲ ਮਿਲ ਕੇ ਬੜੀ ਉਪਰੰਤ ਅਰਦਾਸ ਵਿੱਚ ਸ਼ਾਮਲ ਹੋ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ, ਸਤਿਗੁਰ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੀ ਸੀ ਮਨਾਂ ਦੀਆਂ ਮਹਾਰਾਂ ਨਾ ਮਨ ਪਰਵਾਰ ਕਰੀਆਂ ਸ਼ਬਦ ਕਰਨ ਆਇਆ, ਸ਼ਬਦੋ ਤਕਾ ਬੰਗਾ ਜੀ ਕੇ ਦਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰ ਸਵਾਮੀ ਸੋ ਕਿਉਂ ਮਨ ਹੋ ਵਿਸਾਰੇ, ਜੇ ਨਾਨਕ ਮਨ ਮੇਰੇ ਸਦਾ ਕੋ ਗਰਿਆ, ਸੱਚੇ ਸਾਗੇ ਵਾਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਮਝ ਰਹਿ ਜਿਸਕੇ ਜਿਸ ਪਾਵੇ, ਸਦਾ ਸੁਖ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਸਕੇ ਮਨ ਵਸਿਆ ਵਾਜੀ ਸ਼ੁਭ ਜਿਗਨੀ, ਕਹਿ ਨਾਨਕ ਸੱਚੇ ਸਾਗ ਕਿਆ ਨਹੀਂ ਕਰ ਤੇਰੇ
ਆਪ ਗ੍ਰਹਿ ਵਿਖੇ ਜਾ ਕੇ ਆਪ ਜੀ ਨੂੰ ਸੱਚੇ ਪਾਤਸ਼ਾਹ ਜੀ ਸਹਿ ਪਾਠ ਪ੍ਰਾਰਮ ਕਰਵਾਏ ਸਾ ਜਿਹਨਾਂ ਦੇ ਤੜਕੇ ਭੋਗ ਪਾਏ ਗਏ ਹਨ ਸੱਚੇ ਪਾਤਸ਼ਾਹ ਜੀ। ਸੋ ਪੰਥ ਖੁੱਲ੍ਹੇ ਪੰਡਾਲਾਂ ਵਿੱਚ ਸੱਚੇ ਪਾਤਸ਼ਾਹ ਮਲੋਟ ਮੰਡੀ ਵਿੱਚ ਪਹੁੰਚ ਕੇ ਸੱਚੇ ਪਾਤਸ਼ਾਹ ਜੀ ਰਾਗੀ ਦਥਿਆਂ ਵੱਲੋਂ ਕਥਾ ਕੀਰਤਨ ਵਿਚਾਰਾਂ ਹੋਈਆਂ ਹਨ ਸੱਚੇ ਪਾਤਸ਼ਾਹ ਜੀ। ਪਾਠੀ ਸਿੰਘਾਂ ਤੋਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਤੋਂ ਸੱਚੇ ਪਾਤਸ਼ਾਹ ਜੀ ਪਰਿਵਾਰ ਤੋਂ ਸੇਵਾ ਕਰਦਿਆਂ ਤੋਂ ਰਾਗੀ ਜਥੇ ਨੂੰ ਕਥਾ ਕੀਰਤਨ ਵਿਚਾਰਾ ਕਰਦਿਆਂ ਤੋਂ ਸੱਚੇ ਪਾਤਸ਼ਾਹ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਗਲਤੀ ਮਾਫ਼ ਕਰ ਦੇਣੀ ਅੱਗੇ ਵਾਸਤੇ ਸਮੁੱਖ ਚੇਣੀ ਸੱਚੇ ਪਾਤਸ਼ਾਹ ਜੀ। ਧੰਨ ਗੁਰੂ ਨਾਨਕ ਦਾ ਸੱਚੇ ਪਾਤਸ਼ਾਹ ਅੱਗੇ ਤੋਂ ਕਰਦੇ ਸੁਖ ਸ਼ਾਂਤੀ ਵਰਤਾਉਣੀ ਸੱਚੇ ਪਾਤਸ਼ਾਹ, ਬੱਚੀ ਬੱਚੇ 'ਤੇ ਮਿਹਰ ਪੱਕਣਾ ਸੱਚੇ ਪਾਤਸ਼ਾਹ, ਘਰਾਂ 'ਚੋਂ ਦੁੱਖਾਂ ਦਾ ਅਰਦਾਸ ਕਰਨਾ ਸੱਚੇ ਪਾਤਸ਼ਾਹ, ਸੁੱਖਾਂ ਦਾ ਪ੍ਰਵੇਸ਼ ਕਰਨਾ ਮੇਰੇ ਪਾਤਸ਼ਾਹ ਮੇਰੇ ਸ਼ਹਿਨਸ਼ਾਹ ਜੀ, ਦਰਿਆਈ ਸਿੰਘ ਦੀ ਹਾਜ਼ਰ ਪ੍ਰਵਾਨ ਕਰਨੀ, ਕਦਮ ਕਦਮ ਲੈ ਕੇ ਲਾਉਣੀ, ਦੁੱਖਾਂ ਦਾ ਰਾਸ ਕਰੋ ਦੇ ਰੁੱਤਾਂ ਬਖਸ਼ੋ, ਬਾਣੀ ਬਾਣਾ ਜੁੜ ਕੇ ਰੱਖੋ, ਚਰਣਾ ਦੀ ਧੁਰ ਬਖਸ਼ੋ, ਚਰਣਾ ਦੀ ਉੜ ਬਖਸ਼ੋ ਸੱਚੇ ਪਾਤਸ਼ਾਹ, ਨਗਰ ਤੋਂ ਸ਼ਾਂਤੀ, ਘਰਾਂ ਦੇ ਸੁੱਖ ਸ਼ਾਂਤੀ, ਮਾਂ ਨੂੰ ਵੀ ਕੰਮ ਦਿਖਾਉਣੀ, ਵਿਦਿਆ ਹਰਿਆ ਕਰਨਾ, ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਪਰਿਵਾਰ ਨੂੰ ਖੁਸ਼ੀਆਂ ਬਖਸ਼ੀਆਂ, ਸਰਬਾਤਾ ਭਲਾ ਕਰਨਾ ਜੀ ਸੱਚੇ ਪਾਤਸ਼ਾਹ, ਜੇਤਾ ਸੁਣ ਸਕਣ ਨੀਰ ਭਰਿਆ ਤੇ ਰੱਖੋ ਮਾਰੇ, ਦਇਆ ਕਰੋ ਚਮੇਰ ਪਾਓ ਡੁੱਬਦੇ ਪੱਥਰ ਤਾਰੇ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਾਡੇ ਗੁਣ ਗੁਣਾਂ ਚ ਤਾਰਿਓ, ਮੇਰਾ ਕਰਿਓ ਬਖਸ਼ ਦਿਓ ਬਖਸ਼ ਦਿਓ ਬਖਸ਼ ਦਿਓ ਮੇਰੇ ਸ਼ਹਿਨਸ਼ਾਹ ਜੀ ਸਾਨੂੰ ਸੱਚੇ ਪਾਤਸ਼ਾਹ ਜੀ। ਸੋ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਪਰਿਵਾਰ ਵੱਲੋਂ ਸੋਹਣੇ ਜਿਹੇ ਪੈਚਾ ਕੇ ਬਣਾਏ ਗਏ ਹਨ, ਅੰਗੀਕਾਰ ਕਰੋ ਸਿੱਖਾਂ ਦੇ ਰੋਪ ਤੋਂ ਪ੍ਰਤੇਕ ਤੋਂ ਮੇਰੇ ਪਾਤਸ਼ਾਹ ਜੀ ਸ਼ਹਿਨਸ਼ਾਹ ਜੀ। ਸੋ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਦੀ ਗਤ ਕਮਾਈ ਨੂੰ ਸਫਲਾ ਕਰਦਾ ਅਤੇ ਸਾਨੂੰ ਸੱਚੇ ਪਾਤਸ਼ਾਹ ਜੀ ਕੜਾਹ ਸਾਹਿਬ ਦੇਖ ਸਕੇ ਮਦਦ ਹੈ ਜੀ। ਆਪ ਜੀ ਨੂੰ ਭੋਗ ਲੱਗੇ ਸੱਚੇ ਪਾਤਸ਼ਾਹ ਜੀ, ਭੋਗ ਲਾ ਲੱਗਿਆ ਭੋਗ ਸਿੱਖ ਪ੍ਰਸਾਦ ਸੰਪਾਲ ਦਾ ਹੁਕਮ ਹੋਏ ਸੱਚੇ ਪਾਤਸ਼ਾਹ ਜੀ, ਆਪਦੇ ਰਸਨੀ ਲਾਇਕ ਹੋਵੇ, ਜੋ ਜੀ ਸਕੇ ਸਵਾਦ ਸਵਾਦ ਸਬਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਸੱਚੇ ਪਾਤਸ਼ਾਹ ਜੀ। ਸੋ ਇੱਕ ਵਾਰ ਫਿਰ ਅਰਦਾਸ ਬੇਨਤੀ ਜੋੜ ਲਈ ਸੱਚੇ ਪਾਤਸ਼ਾਹ ਭਾਈ ਗੁਰਮੀਤ ਸਿੰਘ ਦੇ ਚਰਨਾਂ ਵਿੱਚ ਮਾਤ ਦੱਸਣਾ, ਪਿੱਛੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਭਾਲਾ ਮੰਨਣ ਦਾ ਬਹੁਤ ਵਿਚਾਰ ਸੱਚੇ ਪਾਤਸ਼ਾਹ ਜੀ। ਸਾਨੂੰ ਸੱਚੇ ਪਾਤਸ਼ਾਹ ਇਹਨਾਂ ਹੀ ਸੇਵਾਵਾਂ ਕੀਤੀਆਂ ਗਈਆਂ ਹਨ ਭਾਈ ਗੁਰਮੀਤ ਸਿੰਘ ਦੀ ਰੂਹ ਵਾਸਤੇ ਸੱਚੇ ਪਾਤਸ਼ਾਹ, ਸੋ ਇਹਨਾਂ ਦਾ ਫਲ ਭਾਈ ਸਿੰਘ ਦੀ ਰੂਹ ਨੂੰ ਬਖਸ਼ਣਾ ਸੱਚੇ ਪਾਤਸ਼ਾਹ ਜੀ, ਲੇਖੇ ਵਿੱਚ ਲਾਉਣੀ ਸੇਵਾ ਸੱਚੇ ਪਾਤਸ਼ਾਹ ਜੀ। ਧੰਨ ਗੁਰਨਾਮ ਦਾ ਸੱਚੇ ਪਾਤਸ਼ਾਹ ਜੀ, ਇਸ ਵਕਤ ਦਰਿਆਈ ਸਿੰਘ ਤੋਂ ਆਪਣੇ ਪਿੱਤਰ ਹੁਕਮਾਂ ਤੇ ਬਚ ਕੇ ਕਰਤਾਰ ਕਰੋ, ਹੁਕਮ ਦੇ ਚੱਲਣ ਦੀ ਸਮਰਥਾ ਬਖਸ਼ੋ ਸੱਚੇ ਪਾਤਸ਼ਾਹ, ਜੋ ਜੀ ਤੇਰੇ ਦਰ ਤੇ ਆਵੇ ਸੋ ਲਾਜਵੰਤ ਆਵੇ ਸੋ ਭੋਵੇ ਨਾਮ ਜਾਵੇ, ਐਸੇ ਪਿਆਰੇ ਮੇਰਾ ਨੀ ਜਿੰਨਾ ਮਿਲਿਆ ਤੇਰਾ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰਾ ਗਿਆ ਭਈਓ ਕਾਲ ਕੇ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੇ ਮਾਨਿਓ ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲ ਪਹੁੰਚਾ ਹੈ ਬੋਝ ਸ਼ਬਦ ਨੇ ਲੈ ਰਾਜ ਕਰੇਗਾ ਖਾਲਸਾ ਸ਼ਰਣ ਜੋ ਵਾਹਿਗੁਰੂ ਨਾਮ ਜੋ।
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਰਨ ਕਮਲਿਆ ਦਾ
ਨਾਨਕ ਪ੍ਰਭ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਗੁਰੂ ਕਰੀ ਸਾਹਿਬ ਸਿੰਘ ਜੀਓ, ਆਪ ਜੀ ਨੂੰ ਪਤਾ ਹੀ ਹੈ ਜੀ ਕਿ ਸਰਦਾਰ ਗੋਬਿੰਦ ਸਿੰਘ ਭੁੱਲਰ ਸਾਹਿਬ ਜਿੰਨੀ ਕੁਮਾਰ ਰਾਜ ਨੇ ਅੱਜ ਬਖਸ਼ੀ ਸੀ, ਸੁਹਾਸਾ ਦੀ ਪੂੰਜੀ ਬਖਸ਼ੀ ਸੀ, ਉਹਨਾਂ ਨੂੰ ਨਿਭਾਉਂਦਿਆਂ ਹੋਇਆਂ ਕਈ ਦਾ ਰੋਜ਼ ਤੋਂ ਕਾਲ ਜਾਣਾ ਕਰਕੇ ਸਨ ਜੋ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਚਵਾਲ ਉਸਦੇ ਪਿੱਛੇ ਪਰਿਵਾਰ ਨੂੰ ਸਾਥ ਮੰਨਿਆ ਭਾਰਾ ਮੰਨਣ ਦਾ ਬਲ ਬਖਸ਼ੇ। ਜਿੰਨੀ ਵੀ ਸੰਗਤ ਦੂਰੇ ਨੇੜੇ ਚੱਲ ਕੇ ਆਈ ਹੈ ਪਰਿਵਾਰ ਵੱਲੋਂ ਸਾਰਿਆਂ ਨੂੰ ਜੀਆਂ ਜੀਆਂ ਆ ਜਿੰਨੇ ਵੀ ਕਦਮ ਰੱਖੇ ਸਿਰ ਮੱਥੇ। ਸੋ ਹੁਣ ਪੱਗ ਦੀ ਰਸਮ ਹੋਏਗੀ, ਉਪਰੰਤ ਗੁਰੂ ਕੀ ਦੇਗ ਬਣਾਈ ਜਾਏਗੀ। ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਗੁਰੂ ਪਿਆਰਿਓ ਕਿ ਗੁਰੂ ਕੇ ਲੰਗਰ ਚੱਲ ਰਹੇ ਹਨ। ਜਿਸ ਕਿਸੇ ਵੀਰ ਭਰਾ ਨੇ ਅੱਜ ਤੱਕ ਲੰਗਰ ਨਹੀਂ ਛਕਿਆ ਭਾਈ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰੇ, ਇਹ ਬੇਨਤੀ ਪ੍ਰਵਾਨ ਕਰਿਓ। ਅਗਲੀ ਕਾਰਵਾਈ ਜੀ ਅਮਰਜੀਤ ਸਿੰਘ ਜੰਡਵਾਲਾ ਸੰਗਤਾਂ ਦੇ ਦਰਸ਼ਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਜੀ ਵੀ ਲਿਖਿਆ ਇਹ ਹੁਕਮ ਕਮਾਏ ਘੱਲੇ ਆਏ ਨਾਨਕਾ ਸਾਡੇ ਉੱਠ ਜਾਏ। ਜੋ ਅਕਾਲ ਪੁਰਖ ਨੇ ਜਿੰਨੀ ਸਵਾਸਾਂ ਦੀ ਪੂੰਜੀ ਜਿਸ ਇਨਸਾਨ ਨੂੰ ਵੀ ਲਿਖ ਕੇ ਭੇਜੀ ਆ, ਉਨੀ ਭੋਗਦੇ ਹੋਏ ਉਹਦੀ ਹਾਜ਼ਰੀ ਦੇ ਵਿੱਚ ਜਦੋਂ ਉਹਦਾ ਬੁਲਾਵਾ ਆ ਜਾਂਦਾ ਉਹ ਹਾਜ਼ਰ ਹੋਣਾ ਪੈਂਦਾ। ਮੌਤ ਅਤੇ ਜਨਮ ਇਹ ਦੋਨੇ ਚੀਜ਼ਾਂ ਉਸ ਪਰਮਾਤਮਾ ਨੇ ਆਪਦੇ ਹੱਥ ਵਿੱਚ ਰੱਖੀਆਂ। ਇਨਸਾਨ ਨੇ ਬੜੀ ਤਰੱਕੀ ਕੀਤੀ ਹੈ, ਸੂਰਜ 'ਤੇ ਚੜ੍ਹ ਗਏ, ਚੰਦ 'ਤੇ ਚੜ੍ਹ ਗਏ, ਪਰ ਜ਼ਿੰਦਗੀ ਅਤੇ ਮੌਤ ਦਾ ਜੋ ਫੈਸਲਾ ਉਸ ਅਕਾਲ ਪੁਰਖ ਦੇ ਹੱਥ ਵਿੱਚ ਹੀ ਆ। ਉਹਨੇ ਆਪਦੀ ਮਰਜ਼ੀ ਦੇ ਮੁਤਾਬਕ ਹੀ ਕਰਨਾ। ਜਿੰਨੀ ਵੀ ਸਵਾਸਾਂ ਦੀ ਪੂੰਜੀ ਕਿਸੇ ਨੂੰ ਦੇ ਕੇ ਭੇਜੀ ਆ, ਉਨੀ ਭੋਗਦੇ ਹੋਏ ਉਹਦੀ ਹਾਜ਼ਰੀ ਵਿੱਚ ਜਾਣਾ ਪੜਦਾ। ਇਸੇ ਕਰਕੇ ਸਾਡੇ ਵੱਡੇ ਭਾਈ ਸਰਦਾਰ ਕੁਲਵੀਰ ਸਿੰਘ ਜੀ ਭੁੱਲਰ ਸਾਹਿਬ ਜੋ ਆਪਦੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਕੁਛ ਦਿਨ ਪਹਿਲਾਂ ਆਪਣੇ ਸਾਰਿਆਂ ਨੂੰ ਅਲਵਿਦਾ ਕਹਿ ਕੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਾ ਪਰਾਜੇ। ਸਾਰੇ ਰਿਸ਼ਤੇਦਾਰਾਂ ਨੇ, ਸਾਕ ਸੰਬੰਧੀਆਂ ਨੇ ਉਸ ਦਿਨ ਸੰਸਕਾਰ 'ਤੇ ਵੀ ਬਹੁਤ ਭਾਰੀ ਇਕੱਠ, ਬਹੁਤ ਤੁਸੀਂ ਭਾਰੀ ਇਕੱਠ ਦੇ ਵਿੱਚ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਲਗਾਤਾਰ 7-8 ਦਿਨ ਤੋਂ ਬਹੁਤ ਭਾਰੀ ਗਿਣਤੀ ਦੇ ਵਿੱਚ ਘਰ ਵੀ ਜਾ ਕੇ ਤੁਸੀਂ ਦੁੱਖ ਸਾਂਝਾ ਕਰਦੇ ਰਹੇ ਹੋ। ਅੱਜ ਵੀ ਬਹੁਤ ਇੰਨੀ ਗਰਮੀ ਦੇ ਬਾਵਜੂਦ ਬਹੁਤ ਭਾਰੀ ਗਿਣਤੀ 'ਚ ਤੁਸੀਂ ਇੱਥੇ ਸਾਡੇ ਸਾਰੇ ਸਾਕ ਸੰਬੰਧੀ ਰਿਸ਼ਤੇਦਾਰ, ਲੀਡਰ ਸਾਹਿਬਾਨ, ਵੱਖ ਵੱਖ ਪਾਰਟੀਆਂ ਦੇ ਆਗੂ ਸਾਹਿਬਾਨ ਇੱਥੇ ਤੁਸੀਂ ਪਹੁੰਚੇ ਹੋ। ਗਰਮੀ ਦਾ ਟਾਈਮ ਹੈ, ਪਰਿਵਾਰ ਵੱਲੋਂ ਹੁਕਮ ਹੋਇਆ ਵੀ ਸਾਡੇ ਕੋਲ ਲੀਡਰ ਬੁਲਾਰੇ ਬਹੁਤ ਨੇ, ਪਰ ਸਾਰਿਆਂ ਤੋਂ ਮਾਫ਼ੀ ਮੰਗਾਂਗੇ, ਸਿਰਫ 2-3 ਹੀ ਬੁਲਾਰੇ ਬੁਲਾਉਣੇ ਹੈ, ਜ਼ਿਆਦਾ ਟਾਈਮ ਤੁਹਾਡਾ ਨਹੀਂ ਲੈਣਾ। ਗਰਮੀ ਦਾ ਟਾਈਮ ਹੈ, ਕੁਛ ਬੰਦਿਆਂ ਦੇ ਨਾਂ ਜੋ ਇੱਥੇ ਆਏ ਉਹਨਾਂ ਦੇ ਨਾਂ ਲੈ ਕੇ ਜੋ ਗੁਰੂ ਸਾਹਿਬ ਦੇ ਇੰਚਾਰਜ ਨੇ
ਉਹ ਵੀ ਹਾਜ਼ਰੀ ਲਵਾ ਕੇ ਚਲੇ ਗਏ ਨੇ। ਸਰਦਾਰ ਪੰਮਾ ਬਰਾੜ ਜੀ, ਗੁਰਜੀਤ ਨਿੱਪੀ ਔਲਖ ਜੀ ਜੋ ਬਲਾਕ ਦੇ ਪ੍ਰਧਾਨ ਨੇ ਅਕਾਲੀ ਦਲ ਦੇ, ਚਰਨਜੀਤ ਸਰਪੰਚ ਭਰੇਰੀਆਂ, ਐਮ ਸੀ ਹਰਪਾਲ ਬਿਰਜੀ ਜੀ, ਐਮ ਸੀ ਕੇਵਲ ਅਰੋੜਾ ਜੀ, ਸਰਦਾਰ ਗੁਰਪਾਲ ਸਿੰਘ ਗਰੇਵਾਲ ਪ੍ਰਧਾਨ ਫਾਜ਼ਿਲਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਉਹਨਾਂ ਤੋਂ ਵੀ ਮਾਫ਼ੀ ਮੰਗਦੇ ਹਾਂ, ਔਰ ਪਰਮਿੰਦਰ ਸਿੰਘ ਜੀ ਪੂਣੀਆਂ ਐਕਸ ਪ੍ਰਧਾਨ, ਉਹਨਾਂ ਤੋਂ ਵੀ ਮਾਫ਼ੀ ਮੰਗਦੇ ਹਾਂ। ਹਰਜੀਤ ਸਿੰਘ ਜੀ ਹੀਰਾ ਡੱਬ ਵਾਲੀ ਕਲਾਂ ਤੋਂ, ਉਹਨਾਂ ਤੋਂ ਵੀ ਮਾਫ਼ੀ ਮੰਗਦੇ ਹਾਂ। ਸ਼ਾਮ ਲਾਲ ਜੀ ਗੁਪਤਾ ਐਮ ਸੀ ਸਾਹਿਬ, ਅਵਤਾਰ ਸਰਪੰਚ ਜੀ ਪਿੰਡ ਮਲੋਟ, ਗੁਰਵਿੰਦਰ ਸਿੰਘ ਜੀ ਫੂਲੇ ਵਾਲੇ ਸਰਕਲ ਪ੍ਰਧਾਨ, ਮਹਾਂਦੀਪ ਸਿੰਘ ਜੀ ਸਰਪੰਚ ਸੌਂਕੇ, ਸਰਦਾਰ ਬਿੰਦਰ ਸਿੰਘ ਜੀ ਢਿੱਲੋਂ ਵਪਾਰ ਮੰਡਲ, ਇਹਨਾਂ ਦਾ ਸੋਗ ਮਤਾ ਵੀ ਆਇਆ ਪ੍ਰਧਾਨ ਵਪਾਰ ਮੰਡਲ ਦੇ, ਇਹਨਾਂ ਤੋਂ ਵੀ ਮਾਫ਼ੀ ਮੰਗਦੇ ਹਾਂ। ਸਰਦਾਰ ਕਾਲਾ ਰਾਮ ਜੀ ਮੈਂਬਰ ਬਲਾਕ ਸਮਿਤੀ ਝੋਲਣ ਤੋਂ ਆਏ ਨੇ, ਸੁਖਨਾਮ ਸਿੰਘ ਜੀ ਢਿੱਬਾਂ ਵਾਲੇ ਸਰਪੰਚ, ਉਹਨਾਂ ਤੋਂ ਵੀ ਮਾਫ਼ੀ ਮੰਗਦੇ ਹਾਂ। ਗੁਰਪਾਲ ਸਿੰਘ ਜੀ ਮੱਲ ਵਾਲਾ ਸਰਪੰਚ, ਸ੍ਰੀ ਵੇਦਖੇੜਾ ਜੀ ਸਾਡੇ ਬਜ਼ੁਰਗ ਆਗੂ, ਉਹਨਾਂ ਤੋਂ ਵੀ ਮਾਫ਼ੀ ਮੰਗਦੇ ਹਾਂ। ਪੱਤਰਕਾਰ ਭਰਾ ਸਾਡੇ ਅਜਮੇਰ ਸਿੰਘ ਜੀ ਬਰਾੜ ਸਾਹਿਬ, ਹਰਪ੍ਰੀਤ ਜੀ, ਹੋਰ ਵੀ ਪੱਤਰਕਾਰ ਸਾਰੇ ਅਖਬਾਰਾਂ ਤੋਂ ਆਏ ਨੇ ਇੱਥੇ, ਉਹਨਾਂ ਦਾ ਵੀ ਇੱਥੇ ਪਹੁੰਚਣ 'ਤੇ ਧੰਨਵਾਦ ਵੀ ਕਰਦੇ ਹਾਂ। ਆਕਾਸ਼ਦੀਪ ਸਿੰਘ ਮਿੱਟੂਖੇੜਾ ਪ੍ਰਧਾਨ ਜੋਤ ਅਕਾਲੀ ਦਲ ਮੰਡੀ, ਉਹਨਾਂ ਤੋਂ ਵੀ ਮਾਫ਼ੀ ਮੰਗਦੇ ਹਾਂ। ਕਾਕੂ ਸ਼ੇਰ ਵਾਲੀ, ਮੰਗਾ ਸਿੰਘ ਮੈਂਬਰ ਬਲਾਕ ਸਮਿਤੀ ਜੰਡਾਲਾ, ਜਥੇਦਾਰ ਅਜਮੇਰ ਸਿੰਘ ਜੀ ਔਲਖ, ਸਰਦਾਰ ਰਣਜੀਤ ਸਿੰਘ ਜੀ ਚੇਅਰਮੈਨ ਪਾਕਿਸਤਾਨ, ਉਹ ਵੀ ਹਾਜ਼ਰੀ ਲਵਾ ਕੇ ਚਲੇ ਗਏ ਹਨ। ਜਥੇਦਾਰ ਸਰੂਪ ਸਿੰਘ ਜੀ ਆਨੰਦਗੜ੍ਹ ਸਾਹਿਬ, ਉਹਨਾਂ ਤੋਂ ਵੀ ਮਾਫ਼ੀ ਮੰਗਦੇ ਹਾਂ। ਪ੍ਰੀਤਿੰਦਰ ਸਿੰਘ ਸਮੇਗਾਲੀ ਸਰਕਲ ਪ੍ਰਧਾਨ ਪਾਕਿਸਤਾਨ ਜੈਲ, ਉਹਨਾਂ ਤੋਂ ਵੀ ਮਾਫ਼ੀ ਮੰਗਦੇ ਹਾਂ। ਸੁਖਵਿੰਦਰ ਸਿੰਘ ਜੀ ਭੁੱਲਰ ਸਾਹਿਬ, ਅਸ਼ੋਕ ਬਜਾਜ ਜੀ ਐਮ ਸੀ, ਜਬਰਚੰਦ ਸਿੰਘ ਜੀ ਸੱਟ ਦੋਹੇ ਵਾਲੇ ਤੋਂ, ਉਹਨਾਂ ਤੋਂ ਵੀ ਮਾਫ਼ੀ ਮੰਗਦੇ ਹਾਂ। ਆਸ਼ੀਸ਼ ਪਾਲ ਜੀ ਪ੍ਰਧਾਨ ਫਿਰੋਜ਼ਪੁਰ, ਉਹਨਾਂ ਤੋਂ ਮਾਫ਼ੀ ਮੰਗਦੇ ਹਾਂ। ਸਤਿੰਦਰਜੀਤ ਸਿੰਘ ਮੰਟਾ ਪੰਜਾਬ ਦੇ ਜਲਾਲਾਬਾਦ ਦੇ, ਉਹਨਾਂ ਤੋਂ ਵੀ ਮਾਫ਼ੀ ਮੰਗਦੇ ਹਾਂ। ਸਰੋਜ ਸਿੰਘ ਜੀ ਪ੍ਰਧਾਨ, ਔਰ ਕਿੱਕਰ ਸਿੰਘ ਜੀ ਸਰਪੰਚ ਸੌਂਕੇ, ਮੱਖਣ ਸਿੰਘ ਜੀ ਸਰਪੰਚ ਔਲਖ। ਹੁਣ ਮੈਂ ਬੇਨਤੀ ਕਰੂੰਗਾ ਇਹਨਾਂ ਪਰਿਵਾਰ ਦੇ ਮੈਂਬਰ ਬੀਬਾ ਅਮਨਜੋਤ ਉਹਨਾਂ ਪੁੱਤਰੀ ਸਰਦਾਰ ਰਾਮੂਵਾਲੀਆ ਸਾਹਿਬ, ਐਕਸ ਮਿਨਿਸਟਰ, ਉਹਨਾਂ ਨੂੰ ਬੇਨਤੀ ਕਰਦਾ ਮੈਂ, ਉਹ 2 ਮਿੰਟ ਵਾਸਤੇ ਸਰਦਾਰ ਸਰਦਾਰ ਕੁਲਵੀਰ ਸਿੰਘ ਜੀ ਭੁੱਲਰ, ਮੇਰੇ ਮੈਂ ਮਾਫੀ ਚਾਹੂੰਗੀ ਜੇ ਤੇ ਮਨ ਪਰ ਆਏ। ਮੇਰੇ ਵੱਡੇ ਭਰਾ ਸਨ ਔਰ ਮੇਰੇ ਸਾਰੇ ਪਿਤਾ ਦੇ ਭਤੀਜੇ ਸਨ। ਭੁੱਲਰ ਪਰਿਵਾਰ 'ਚ ਜਦੋਂ ਸਰਦਾਰ ਬਲਵੀਰ ਸਿੰਘ ਭੁੱਲਰ ਮੇਰੇ ਸਾਰੇ ਸਾਹਿਬ ਗੁਰੂ ਅਚਾਨਕ ਉਹਨਾਂ ਦੇ ਐਕਸੀਡੈਂਟ ਨਾਲ ਮੌਤ ਹੋ ਗਈ ਤਾਂ ਸਾਡੇ ਲਈ ਸਰਦਾਰ ਬਲਵੀਰ ਸਿੰਘ ਹੀ ਪਿਤਾ ਸਮਾਨ ਸਨ। ਅੱਜ ਐਡਾ ਵੱਡਾ ਇਕੱਠ
ਕਮਾਈ ਦਾ ਇੱਕ ਸਾਕਸ਼ਾਤ ਨਮੂਨਾ ਹੈ। ਅਤੇ ਭੈਣ ਭਰਾ, ਮਾਂ ਪਿਓ ਅਤੇ ਭੈਣ ਭਰਾ ਮੁੜ ਨਹੀਂ ਮਿਲਦੇ ਪੁੱਤਰਦੀ ਆ, ਮੁੜ ਇੱਕ ਥਾਂ ਜੰਮਣਾ ਨਹੀਂ ਆਪਾਂ ਇਸ ਟੱਕਰ ਦੇ ਚ। ਅਸੀਂ ਇਸ ਪਰਿਵਾਰ ਨੇ ਮੁੜ ਇਵੇਂ ਨਹੀਂ। ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਾਡੀ ਵੱਡੀ ਭੈਣ ਸੁਰਿੰਦਰ ਕੌਰ ਜੀ ਨੂੰ, ਸਾਡੇ ਭਤੀਜੇ ਹਰਪ੍ਰੀਤ ਸਿੰਘ ਨੂੰ, ਸੁਖਪ੍ਰੀਤ ਸਿੰਘ ਨਾਲ ਆਪਣੇ ਵੱਲੋਂ, ਮੇਰੀ ਮਾਤਾ ਮੇਰੀ ਮਦਰ ਇਨ ਲਾਅ ਬਲਵੀਰ ਕੌਰ ਵੱਲੋਂ, ਪਰਮਿੰਦਰ ਸਿੰਘ ਭੁੱਲਰ ਮੇਰੇ ਦੇਵਰ ਵੀਰ ਅਤੇ ਮੇਰੇ ਪਤੀ ਸਰਦਾਰ ਰਵਿੰਦਰ ਸਿੰਘ ਭੁੱਲਰ ਵੱਲੋਂ ਮੈਂ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦੀ ਔਰ ਦੁੱਖ ਸਾਂਝਾ ਕਰਦੀ। ਰਿਸ਼ਤੇਦਾਰੀਆਂ 'ਚ ਵੱਡੇ ਹਾਂ, ਉਵੇਂ ਸਾਡੀ ਲੱਕੜ ਦਾਦੀ ਕਹਿੰਦੇ ਆ ਕਿ ਮਹਾਰਾਣੀ ਜਿੰਦਾ ਦੀ ਸਕੀ ਭੈਣ ਸੀ ਔਰ ਮਹਾਰਾਣੀ ਬੰਬਾ ਸਾਡੇ ਦਾਦਾ ਜੀ ਨੂੰ ਤਾਰਾ ਸਿੰਘ ਜੀ ਨੂੰ ਮਿਲਣ ਆਇਆ ਕਰਦੀ ਸੀ। ਸਾਨੂੰ ਮਾਣ ਹੈ ਕਿ ਅਸੀਂ ਇੰਨੇ ਉੱਚੇ ਹੋ ਕੇ ਵੀ ਨੀਵੇਂ ਨਿਖੜੇ ਅਤੇ ਗੁਰੂ ਸਾਹਿਬ ਦੀ ਆਗਿਆ ਵਿੱਚ ਰਹਿਣ ਵਾਲੇ ਚੱਲਣ ਵਾਲਾ ਪਰਿਵਾਰ ਹੈ। ਮੈਂ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹਾਂ ਉੱਥੇ ਮੈਂ ਆਏ ਹੋਏ ਹਰ ਵੀਰ ਅਤੇ ਭੈਣ ਲਈ ਮੈਂ ਸਤਿਕਾਰ ਸਹਿਤ ਧੰਨਵਾਦ ਵੀ ਕਰਦੀ ਹਾਂ ਕਿ ਸਾਡੇ ਮਾਣਯੋਗ ਭਰਾ ਦੀ ਆਖਰੀ ਫਤਿਹ ਬੁਲਾਉਣ ਲਈ ਤੁਸੀਂ ਇੰਨੀ ਤਪਸ਼ ਵਿੱਚ ਆਏ ਹੋ। ਇੱਕ ਵਾਰ ਫਿਰ ਸਮੂਹ ਪਰਿਵਾਰ ਭੁੱਲਰ ਪਰਿਵਾਰ ਵਾਲੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਸਤਿਕਾਰ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਸਾਡੇ ਭਰਾ ਸਰਦਾਰ ਕੁਲਵੀਰ ਸਿੰਘ ਭੁੱਲਰ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇ, ਆਪਣੇ ਚਰਨਾਂ ਵਿੱਚ ਨਵਾਜ਼ੇ। ਬਹੁਤ ਬਹੁਤ ਸਤਿਕਾਰ, ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਬਾਪੂ ਜੀ ਸਾਹਿਬਾਂ ਦੇ ਹੁਕਮ ਕੀਤੇ ਅਸੀਂ ਧੰਨਵਾਦੀ ਹਾਂ। ਰਾਗੀ ਸਿੰਘਾਂ ਦਾ ਜਿਨ੍ਹਾਂ ਨੇ ਬਹੁਤ ਹੀ ਵਿਰਾਟਮਈ ਕੀਰਤਨ ਕਰਕੇ ਆਪਣੇ ਕੀਰਤਨ ਦੇ ਰਾਹੀਂ ਉਸ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹੈ। ਔਰ ਕੁਛ ਸੂਕ ਮੱਤੇ ਆਏ ਨੇ, ਸਰਦਾਰ ਜਗਮੀਤ ਸਿੰਘ ਬਰਾੜ ਸੀਨੀਅਰ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਉਹਨਾਂ ਵੱਲੋਂ ਸੂਕ ਮਤਾਂ ਲੈ ਕੇ ਪਵਨ ਜੈਨ ਜੀ ਰੱਖੜੀਆਂ ਤੋਂ ਆਏ ਨੇ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਉਹਨਾਂ ਨੇ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਸ਼੍ਰੀ ਰਕੇਸ਼ ਢੀਂਗੜਾ ਜੀ, ਐਕਸ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਪਰਿਵਾਰ ਵੱਲੋਂ, ਉਹਨਾਂ ਨੇ ਵੀ ਦੁੱਖ ਵਿੱਚ ਹਾਜ਼ਰੀ ਲਵਾਈ ਆ। ਅਸ਼ਵਨੀ ਡਾਵਰ ਜੀ ਵਾਈਸ ਪ੍ਰਧਾਨ ਨਗਰ ਕੌਂਸਲ ਮਲੋਟ, ਉਹਨਾਂ ਦਾ ਵੀ ਸੋਗ ਮਤਾ ਆਇਆ, ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ। ਜਲ ਸਪਲਾਈ, ਸੈਨੀਟੇਸ਼ਨ, ਪੈਟਰੋਲ ਸਪਲਾਈ ਯੂਨੀਅਨ ਮਲੋਟ, ਵਿਕਰਮਜੀਤ ਸਿੰਘ ਬਿੱਟੂ ਇਹ ਸੋਗ ਮਤਾ ਲੈ ਕੇ ਆਏ ਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਰਦਾਰ ਸ਼ੇਰ ਸਿੰਘ ਜੀ ਕਬਾਇਆ ਐਕਸ ਐਮ ਪੀ, ਉਹਨਾਂ ਦਾ ਮਤਾ ਲੈ ਕੇ ਵਿਜੇ ਬਜਾਜ ਜੀ ਆਏ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਸਾਰੇ ਵਕੀਲ ਸਾਹਿਬਾਨ ਇੱਥੇ ਬਹੁਤ ਸਾਡੇ ਸਾਰੇ ਸੱਜਣ ਮਿੱਤਰ ਸਾਰੇ ਇੱਥੇ ਆਏ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਕਾਲਾ ਰਾਮ ਜੀ, ਸੰਤੀ ਮੈਂਬਰ, ਔਰ ਥੋੜ੍ਹੇ ਜਿਹੇ ਨਾਂ ਬੋਲਣੇ, ਬਸ ਦੋ ਹੀ ਬੁਲਾਰੇ ਹੋਰ ਹੈ, ਬਹੁਤਾ ਟਾਈਮ ਨਹੀਂ ਤੁਹਾਡਾ ਲੈਣਾ। ਤਾਂ ਜੀ ਸਲਾਮੇ ਵਾਲੇ ਤੋਂ ਪੰਡਿਤ ਗਰਦਾਰੀ ਜੀ ਦੀ ਗਊਸ਼ਾਲਾ ਤੋਂ ਹੁਣ ਜੋ ਸੇਵਾ ਨਿਭਾ ਰਹੇ ਆ ਸਾਡੇ ਅਜੀਤ ਛੋਟੇ
ਜੁਰੀ ਜੀ ਉਹ ਵੀ ਇੱਥੇ ਆਏ ਨੇ, ਪਾਲੀ ਮੱਕੜ ਜੀ ਪ੍ਰਧਾਨ ਮਲੋਟ, ਜਗਤਾਰ ਸਿੰਘ ਐਮ ਸੀ, ਸਰਦਾਰ ਨਵਤੇਜ ਸਿੰਘ ਜੀ ਕੌਣੀ ਮੈਂਬਰ ਐਸ ਜੀ ਪੀ ਸੀ ਉਹ ਵੀ ਇੱਥੇ ਆਏ ਨੇ, ਸੁਰਿੰਦਰਪਾਲ ਸਿੰਘ ਜੀ ਧਨੌਲਾ ਉਹ ਵੀ ਇੱਥੇ ਆਏ ਨੇ, ਪਰਿਵਾਰ ਨਾਲ ਰਿਸ਼ਤੇਦਾਰੀ ਹੈ ਉਹਨਾਂ ਦਾ ਵੀ ਧੰਨਵਾਦ। ਗੁਰੂ ਕਮਲ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਜੋਤ ਅਕਾਲੀ ਦਲ ਫਰੀਦਕੋਟ, ਗੁਰਲਾਲ ਸਿੰਘ ਜੀ ਪ੍ਰਧਾਨ ਕਾਂਗਰਸ ਫਰੀਦਕੋਟ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਰਵੀ ਚੌਧਰੀ ਜੀ ਸਾਡੇ ਭੋਲੀ ਪ੍ਰਧਾਨ ਜੀ ਅਕਾਲੀ ਦਲ ਦੇ ਬਹੁਤ ਹੀ ਜੁਝਾਰੂ ਵਰਕਰ ਉਹ ਵੀ ਇੱਥੇ ਆਏ ਨੇ, ਪ੍ਰਦੀਪ ਰਸੇਵਾਟ ਐਮ ਸੀ ਸਾਹਿਬ, ਰੋਹਨ ਬਰਾੜ ਜੀ ਭਾਗਸਰ ਤੋਂ ਯੁਗ ਦੇ ਜੋ ਬਹੁਤ ਆਗੂ ਨੇ, ਸੁੱਖੀ ਡਾਂਗ ਜੀ, ਸਰਦਾਰ ਗੁਰਚਰਨ ਸਿੰਘ ਜੀ ਓਸ ਡੀ ਸਾਹਿਬ, ਕੁਲਕਰਨ ਸਿੰਘ ਜੀ ਚੇਅਰਮੈਨ ਕਰਨਗੜ੍ਹ, ਸਰਦਾਰ ਬਸੰਤ ਸਿੰਘ ਜੀ ਕੰਗ ਸਾਹਿਬ ਚੇਅਰਮੈਨ ਸਾਹਿਬ ਉਹ ਵੀ ਆਏ ਨੇ, ਉਹਨਾਂ ਤੋਂ ਵੀ ਮੌਜ ਮੰਗਦੇ ਹਾਂ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਨੇ। ਕਿਰਤਪਾਲ ਸਿੰਘ ਜੀ ਬਲਾਕ ਸੰਮਤੀ ਮੈਂਬਰ ਫਲੋਟ, ਔਰ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਿਆਲ ਸਿੰਘ ਜੀ ਕੋਲਿਆਂ ਵਾਲੀ, ਉਹ ਵੀ ਦੋ ਮਿੰਟ ਹਾਜ਼ਰੀ ਲਵਾਉਣਗੇ, ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਸਰਦਾਰ ਦਿਆਲ ਸਿੰਘ ਜੀ ਕੋਲਿਆਂ ਵਾਲੀ ਹਾਜ਼ਰ ਨਾਜ਼ਰ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਬਹੁਤ ਹੀ ਸ਼ੋਕਮਈ ਇਕੱਠ ਵਿੱਚ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਜੀ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਏ ਨਾਨਕਾ ਸੱਦੇ ਉੱਠੀ ਜਾਏ। ਮਹਾਂਵਾਕਾਂ ਅਨੁਸਾਰ ਸਰਦਾਰ ਕਰਮੀਰ ਸਿੰਘ ਜੀ ਪਰਮਾਤਮਾ ਦੇ ਭਾਣੇ ਨਾਲ ਆਏ ਸਨ, ਉਹਨਾਂ ਦੇ ਹੁਕਮ ਨਾਲ ਉਹ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਸਾਡੇ ਉਹਨਾਂ ਨਾਲ ਬਹੁਤ ਪਰਿਵਾਰਕ ਲਿੰਕ ਸੀ, ਬਹੁਤ ਵਧੀਆ ਇਨਸਾਨ ਸਨ, ਔਰ ਵੀਰੋ ਪਾਕਿਸਤਾਨ ਤੋਂ ਆ ਕੇ ਇੰਨੀ ਤਰੱਕੀ ਕਰਨੀ, ਇੰਨਾ ਵੱਡਾ ਰਸੂਖ ਪੈਦਾ ਕਰਨਾ ਬਹੁਤ ਇੱਕ ਚੰਗੇ ਇਨਸਾਨ ਦਾ ਕੰਮ ਹੈ। ਪਰਿਵਾਰ ਵਿੱਚੋਂ ਵੱਡੇ ਸਨ, ਉਹਨਾਂ ਨੇ ਪਰਿਵਾਰ ਨੂੰ ਬਹੁਤ ਬੁਲੰਦੀਆਂ 'ਤੇ ਲੈ ਕੇ ਗਏ, ਔਰ ਅੱਜ ਵੀ ਜੋ ਵੱਖ ਵੱਖ ਪਾਰਟੀਆਂ ਦੇ ਚਾਹੇ ਲੀਡਰ ਸਾਹਿਬਾਨ ਆਏ ਹਨ, ਚਾਹੇ ਸੰਗਤ ਆਈ ਹੈ, ਇਹ ਉਹਨਾਂ ਦਾ ਪਿਆਰ ਸੀ, ਔਰ ਉਹਨਾਂ ਨੇ ਪਰਿਵਾਰ ਨੂੰ ਬਹੁਤ ਵੱਡੇ ਸੰਸਕਾਰ ਦਿੱਤੇ। ਬੇਟਾ ਲਵਜੀਤ ਲੱਪੀ ਜੀ ਜੋ ਬਹੁਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੱਚ ਪ੍ਰਧਾਨ ਨੇ, ਔਰ ਹੋਰ ਵੀ ਬਹੁਤ ਉਹਨਾਂ ਦਾ ਨਾਂ ਹੈ। ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ ਕਿ ਸਰਦਾਰ ਕਰਮੀਰ ਸਿੰਘ ਜੀ ਨੂੰ ਆਪਦੇ ਚਰਨਾਂ 'ਚ ਨਿਵਾਸ ਦੇਣ, ਪਿੱਛੇ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਭਾਣਾ ਮਨ ਦਾ ਵਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਬੇ ਢਿੱਲੋਂ ਜੀ ਭਤੀਜਾ ਸਰਦਾਰ ਡਿੰਪੀ ਢਿੱਲੋਂ ਜੀ ਉਹ ਵੀ ਇੱਥੇ ਪਹੁੰਚੇ ਨੇ, ਉਹਨਾਂ ਦੀ ਹਾਜ਼ਰੀ ਲਵਾਉਣ ਵਾਸਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਰਣਜੋਤ ਸਿੰਘ ਜੀ ਲੰਬੀ ਉਹਨਾਂ ਦਾ ਸੋਗ ਮਤਾਇਆ, ਉਹਨਾਂ ਦਾ ਵੀ ਧੰਨਵਾਦ। ਸੁਸ਼ੀਲ ਗਰੋਵਰ ਜੀ ਉਹ ਵੀ ਆਏ ਨੇ, ਜਥੇਦਾਰ ਜਸਵੰਤ ਸਿੰਘ ਜੀ ਰਾਮਨਗਰ ਉਹ ਵੀ ਇੱਥੇ ਆਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹੁਣ ਮੈਂ ਅਖੀਰ ਦੇ ਵਿੱਚ ਬੇਨਤੀ ਕਰੂੰਗਾ
ਐਮਐਲਏ ਸਾਹਿਬ ਨੂੰ ਬੇਨਤੀ ਕਰਾਂ, ਉਸ ਤੋਂ ਬਾਅਦ ਪਹਿਲਾਂ ਮੈਂ ਦੋ ਮਿੰਟ ਸਰਦਾਰ ਕੁਲਵੀਰ ਸਿੰਘ ਦੇ ਪਰਿਵਾਰ ਬਾਰੇ। ਸਰਦਾਰ ਕੁਲਵੀਰ ਸਿੰਘ ਪਰਿਵਾਰ ਦੇ ਮੁਖੀ ਸਨ ਅਤੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਹੋਇਆਂ ਜਿੱਥੇ ਖੇਤੀ ਦੇ ਨਾਲ ਨਾਲ ਆਪਣਾ ਬਿਜ਼ਨਸ ਵੀ, ਖਾੜ ਦੀ ਦੁਕਾਨ, ਟਰਾਂਸਪੋਰਟ ਦਾ ਕੰਮ ਆਪਣੇ ਬੱਚਿਆਂ ਨੂੰ ਸੈਟਲ ਕੀਤਾ। ਅੱਜ ਕੱਲ੍ਹ ਦੇ ਹਾਲਾਤ ਦੇ ਮੁਤਾਬਕ ਸਾਡੇ ਛੋਟਾ ਭਤੀਜਾ ਲੱਪੀ ਜੀ ਉਹਨਾਂ ਨੂੰ ਰਾਜਨੀਤੀ 'ਚ ਪਾਇਆ ਔਰ ਦੂਜੇ ਬੱਚਿਆਂ ਨੂੰ ਸਾਰਿਆਂ ਨੂੰ ਆਪਦੇ ਕੰਮ ਧੰਦੇ ਕਰਕੇ ਸੈਟਲ ਕੀਤਾ। ਜਿਹੜਾ ਪਰਿਵਾਰ ਦਾ ਮੁਖੀ ਹੁੰਦਾ ਉਹਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਜੋ ਭਾਈ ਕੁਲਵੀਰ ਸਿੰਘ ਹੋਰਾਂ ਨੇ ਬਾਖੂਬੀ ਨਿਭਾਈਆਂ ਔਰ ਆਪਦੇ ਪਰਿਵਾਰ ਨੂੰ ਬੁਲੰਦੀਆਂ 'ਤੇ ਲੈ ਕੇ ਗਏ। ਜਥੇਦਾਰ ਜੀ ਨੇ ਪਹਿਲਾਂ ਦੱਸਿਆ ਵੀ ਮਾਝੇ ਦੇ ਪਰਿਵਾਰਾਂ ਨੂੰ ਬਹੁਤ ਵੱਡੀ ਢਾਹ ਲੱਗੀ ਹੈ ਉਦੋਂ ਜਦੋਂ 47 ਵੇਲੇ ਆਪਦੀਆਂ ਬਹੁਤ ਭਾਰੀਆਂ ਜਾਇਦਾਦਾਂ ਜ਼ਮੀਨਾਂ ਛੱਡ ਕੇ ਪਾਕਿਸਤਾਨ ਦੇ ਵਿੱਚੋਂ ਇੱਥੇ ਕਿਸੇ ਨੂੰ ਅੱਧੀ ਜ਼ਮੀਨ ਲਾਟ ਹੋਈ, ਕਿਸੇ ਨੂੰ ਤੀਜਾ ਹਿੱਸਾ ਲਾਟ ਹੋਈ, ਪਰ ਮੈਂ ਇਹਨਾਂ ਦੀ ਹੌਸਲੇ ਦੀ ਦਾਤ ਦਿੰਦਾ ਜਿਨ੍ਹਾਂ ਨੇ ਆ ਕੇ ਹੌਸਲਾ ਨਹੀਂ ਛੱਡਿਆ ਔਰ ਆਪਦਾ ਫਿਰ ਬਿਜ਼ਨਸ ਆਪਦਾ ਉਸੇ ਤਰ੍ਹਾਂ ਬਿਜ਼ਨਸ ਨੂੰ ਖੜ੍ਹਾ ਕੀਤਾ। ਆਪਦੀ ਖੇਤੀ ਦੇ ਨਾਲ 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 ਉਹ ਬਿਜ਼ਨਸ ਵੀ ਚਲਾਏ, ਬਹੁਤ ਇਹਨਾਂ ਦਾ ਇਹ ਹੌਸਲੇ ਆ। ਇਸ ਕਰਕੇ ਇਹਨਾਂ ਪਰਿਵਾਰਾਂ ਦੀ ਆਪਾਂ ਜੋ ਇੱਥੇ ਬੈਠੇ ਸੀ ਜੋ ਪਾਕਿਸਤਾਨ 'ਚੋਂ ਚਲੇ ਗਿਆ, ਇਹਨਾਂ ਦੇ ਪਰਿਵਾਰਾਂ ਦੀ ਬਹੁਤ ਵੱਡੀ ਕੁਰਬਾਨੀ ਆ, ਬਹੁਤ ਵੱਡੀ ਦੇਣ ਹੈ। ਇਸ ਕਰਕੇ ਮੈਂ ਹੁਣ ਬੇਨਤੀ ਕਰਨਾ ਪਰਿਵਾਰ ਵੱਲੋਂ ਸਰਦਾਰ ਹਰਪ੍ਰੀਤ ਸਿੰਘ ਜੀ XML ਉਹ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਕਰਨਗੇ। ਸਰਦਾਰ ਹਰਪ੍ਰੀਤ ਸਿੰਘ ਜੀ XML ਸਾਹਿਬ, ਜੇ ਕਿਸੇ ਦਾ ਕੋਈ ਨਾਂ ਰਹਿ ਗਿਆ ਹੋਵੇ। ਸਰਦਾਰ ਗੁਰਮੀਤ ਸਿੰਘ ਜੀ ਭੁੱਲਰ ਸਾਹਿਬ ਦੀ ਅੰਤਿਮ ਅਰਦਾਸ ਸ਼ਾਮਲ ਹੋਣ ਵਾਸਤੇ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਈ ਹੋਈ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਮੈਂ ਤੋਂ ਪਹਿਲਾਂ ਬੋਲਦੇ ਹੋਏ ਬੁਲਾਰਿਆਂ ਨੇ ਬੜੇ ਵਿਸਾਰ ਨਾਲ ਭੁੱਲਰ ਪਰਿਵਾਰ ਬਾਰੇ, ਸਰਦਾਰ ਗੁਰਮੀਤ ਸਿੰਘ ਜੀ ਬਾਰੇ ਬੜੇ ਵਿਸਾਰ ਨਾਲ ਆਪਦੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਹੈ। ਤੁਸੀਂ ਸਾਰੇ ਉਹਨਾਂ ਦੇ ਮਿਲਣ ਵਰਤਣ ਵਾਲੇ, ਉਹਨਾਂ ਦੇ ਨਾਲ ਸੁਨੇਹ ਰੱਖਣ ਵਾਲੇ, ਅੱਜ ਇੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹੋ। ਤੁਸੀਂ ਸਾਰੇ ਵੀ ਜਾਣਦੇ ਹੋ ਕਿ ਕਿਤੇ ਵਧੀਆ ਇਨਸਾਨ ਹੋ ਸਨ, ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵਾਲੇ, ਹੌਸਲੇ ਵਾਲੇ, ਅਤੇ ਜਿਵੇਂ ਦੱਸ ਰਹੇ ਸਨ ਵੀ ਉਹਨਾਂ ਨੇ ਸਾਰੀ ਉਮਰ ਕਿਸੇ ਹੌਸਲੇ ਨਾਲ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਖੇਤੀਬਾੜੀ 'ਚ ਵੀ ਤਰੱਕੀ ਕੀਤੀ, ਆਰਟ 'ਚ ਵੀ ਉਹਨਾਂ ਨੇ ਚੰਗਾ ਨਾਂ ਬਣਾਇਆ, ਟਰਾਂਸਪੋਰਟ ਦੇ ਕੰਮ 'ਚ ਵੀ ਵਧੀਆ ਉਹਨਾਂ ਨੇ ਤਰੱਕੀ ਕੀਤੀ, ਅਤੇ ਇਹੀ ਗੁੜਤੀ ਉਹਨਾਂ ਨੇ ਆਪਦੇ ਪਰਿਵਾਰ ਨੂੰ ਦਿੱਤੀ, ਆਪਦੇ ਬੇਟੇ ਹਰਪ੍ਰੀਤ ਨੂੰ, ਆਪਦੇ ਭਤੀਜਿਆਂ ਨੂੰ, ਸਾਰਿਆਂ ਨੂੰ ਉਹਨਾਂ ਨੇ ਚੰਗੇ ਰਾਹ 'ਤੇ ਲਾਇਆ। ਸਾਰੇ ਗੁਰੂ ਘਰ ਨੂੰ ਮੰਨਣ ਵਾਲੇ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਵਾਲੇ ਪਰਿਵਾਰ ਨਾਲ ਪਰਿਵਾਰ ਹੈਗਾ ਇਹ ਸਾਡੀ। ਇਸ ਪਰਿਵਾਰ ਨਾਲ ਬਹੁਤ ਲੰਬੀ ਸਾਂਝ ਹੈ। ਲੱਪੀ ਜੋ ਜ਼ਿਲ੍ਹਾ ਪ੍ਰਧਾਨ ਹੈ, ਯੂਥ ਅਕਾਲੀ ਦਲ ਦੇ ਸ਼ਹਿਰੀ, 24 ਘੰਟੇ ਸਾਡੇ ਨਾਲ ਹੀ ਰਹਿੰਦੇ ਹੈ। ਉਹ ਵੀ ਬੜੀ ਛੋਟੀ ਉਮਰ 'ਚ ਜੇ ਅੱਜ ਇਸ ਰੁਤਬੇ 'ਤੇ ਪਹੁੰਚੇ ਹੈ, ਉਹਨਾਂ ਦੇ ਇੱਥੇ ਪਹੁੰਚਣ 'ਚ ਵੀ ਜਿੱਥੇ ਸਾਰੇ ਪਰਿਵਾਰ ਦਾ ਯੋਗਦਾਨ ਸੀ, ਉੱਥੇ ਖਾਸ ਤੌਰ 'ਤੇ ਜੇ ਗੱਲ ਕਰੀਏ ਤਾਂ ਇਹਨਾਂ ਦੇ ਤਾਇਆ ਜੀ ਸਰਦਾਰ ਕੁਲਵੀਰ ਸਿੰਘ ਜੀ ਦਾ ਬੜਾ ਵੱਡਾ ਯੋਗਦਾਨ ਸੀ। ਹਮੇਸ਼ਾ ਉਹਨਾਂ ਨੇ ਹੌਸਲਾ ਦੇਣਾ, ਹਮੇਸ਼ਾ ਉਤਸ਼ਾਹ ਦੇਣਾ, ਅਤੇ ਭਾਵੇਂ ਕਿੰਨੇ ਉਤਰਾਅ ਚੜ੍ਹਾਏ, ਲੱਪੀ ਨੂੰ ਉਹਨਾਂ ਨੇ ਹਮੇਸ਼ਾ ਕਹਿਣਾ ਵੀ ਤੁਸੀਂ ਮਾਨਸਾ ਦੇ ਨਾਲ ਰਹਿਣਾ ਹੈ, ਅਤੇ ਇਹ ਜਿਹੜਾ ਕੰਮ ਹੈ ਰਾਜਨੀਤੀ ਦਾ, ਲੋਕਾਂ ਦੀ ਸੇਵਾ ਦਾ, ਇਹ ਵੱਧ ਤੋਂ ਵੱਧ ਸਮਾਂ ਕੱਢਣਾ ਇਸ ਪਾਸੇ।
ਅਤੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਅੱਜ ਇਹਦੇ ਵੱਡੇ ਅਹੁਦਿਆਂ 'ਤੇ ਇਹ ਪਰਿਵਾਰ ਪਹੁੰਚਿਆ। ਸੋ ਅੱਜ ਬਹੁਤ ਵੱਡਾ ਘਾਟਾ ਇਸ ਪਰਿਵਾਰ ਨੂੰ ਪਿਆ ਪਿਆ। ਸੋ ਅੱਜ ਮੈਂ ਆਪਦੇ ਵੱਲੋਂ ਵੀ, ਸਾਰੀ ਪਾਰਟੀ ਵੱਲੋਂ ਵੀ, ਵੱਖ ਵੱਖ ਜੋ ਰਾਜਨੀਤਿਕ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੇ ਆਗੂ ਸਾਹਿਬਾਨ ਜੋ ਅੱਜ ਇੱਥੇ ਪਹੁੰਚੇ ਹੈ, ਧਾਰਮਿਕ ਸ਼ਖਸੀਅਤਾਂ ਪਹੁੰਚੀਆਂ ਹੈ, ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ, ਸਾਰਿਆਂ ਵੱਲੋਂ ਸ਼ਰਧਾ ਦੇ ਫੁੱਲ ਵੀ ਭੇਟ ਕਰਦਾ ਹੈ, ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਹੈ ਕਿ ਉਸ ਪਿਛੜੀ ਹੋਈ ਨੇਕ ਧਾਰਮਿਕ ਰੂਹ ਨੂੰ ਗੁਰੂ ਮਹਾਰਾਜ ਆਪਦੇ ਚਰਨਾਂ 'ਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਫਲ ਬਖਸ਼ਣ। ਅਤੇ ਅੱਜ ਜੋ ਸਾਰੇ ਤੁਸੀਂ ਬਹੁਤ ਬਹੁਤ ਸੱਜਣ ਅੱਜ ਇੱਥੇ ਪਹੁੰਚੇ ਹੈ, ਸਾਰੇ ਪੰਜਾਬ 'ਚੋਂ ਹੀ, ਵੱਖ ਵੱਖ ਸ਼ਹਿਰਾਂ 'ਚੋਂ ਦੋਸਤ ਮਿੱਤਰ ਰਿਸ਼ਤੇਦਾਰ ਆਏ ਹੈ, ਮੈਂ ਸਭਨਾਂ ਦਾ ਧੰਨਵਾਦ ਕਰਦਾ। ਪਰਿਵਾਰ ਕਈਓ ਬਤੌਰ ਪਰਿਵਾਰਕ ਮੈਂਬਰ ਮੈਂ ਸਭ ਦਾ ਧੰਨਵਾਦ ਕਰਦਾ। ਜਿੰਨੇ ਕਦਮ ਤੁਸੀਂ ਅੱਜ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ, ਸਿਆਣੇ ਕਹਿ ਗਏ ਹੈ ਕਿ ਦੁੱਖ ਬਣਾਇਆ ਘੱਟਦਾ, ਅੱਜ ਤੁਹਾਡੇ ਆਉਣ ਨਾਲ ਸਾਨੂੰ ਹੌਸਲਾ ਮਿਲਿਆ, ਸਾਡੇ ਦੁੱਖ 'ਚ ਕਮੀ ਹੋਈ ਹੈ। ਸੋ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਹੋਇਆ, ਗੁਰੂ ਮਹਾਰਾਜ ਦੇ ਚਰਨਾਂ 'ਚ ਇੱਕ ਵਾਰੀ ਫਿਰ ਅਰਦਾਸ ਕਰਦਾ ਹੋਇਆ ਕਿ ਗੁਰੂ ਮਹਾਰਾਜ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਫਲ ਬਖਸ਼ਣ। ਇਹੀ ਅਰਦਾਸ ਕਰਦਾ ਹੋਇਆ ਕਹਿ ਲੈਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਮੀਤ ਸਿੰਘ ਜੀ ਮੱਕੜ ਪ੍ਰੈਸ ਕਲੱਬ ਦੇ, ਸਰਦਾਰ ਪ੍ਰਕਾਸ਼ ਸਿੰਘ ਸੀਐਮ ਸਾਹਿਬ ਦਾ ਸੋਗ ਮਤਾ ਲੈ ਕੇ ਆਏ ਨੇ, ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਉਹ ਇੱਥੇ ਪਹੁੰਚ ਨਹੀਂ ਸਕੇ, ਉਹਨਾਂ ਨੇ ਇਹ ਵੀ ਕਿਹਾ ਦੁਬਾਰਾ ਮੈਂ ਘਰ ਆਈ ਹੋਈ ਸੰਗਤ ਦਾ ਸਾਰੇ ਪਰਿਵਾਰ ਵੱਲੋਂ, ਜਿੱਥੇ ਭਾਈ ਭਗਤ ਸਿੰਘ ਹੋਰੋਂ, ਬਲਵਿੰਦਰ ਸਿੰਘ ਵੱਲੋਂ, ਔਰ ਸਾਡੇ ਨਤੀਜੇ ਹਰਪ੍ਰੀਤ, ਸੁਖਪ੍ਰੀਤ, ਜਗਪ੍ਰੀਤ ਔਰ ਲੱਪੀ ਵੱਲੋਂ, ਸਾਰੀ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਮੋਢੇ 'ਤੇ ਹੱਥ ਰੱਖਿਆ, ਤੁਸੀਂ ਦੁੱਖ ਨੂੰ ਵਡਾਇਆ, ਤੁਹਾਡਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਸਾਰਿਆਂ ਨੇ ਲੰਗਰ ਪਾਣੀ ਛੱਕ ਕੇ ਜਾਣਾ, ਲੰਗਰ ਪਾਣੀ ਤਿਆਰ ਆ, ਹੁਣ ਗੁਰੂ ਮਹਾਰਾਜ ਦੀ ਦੇਗ ਵਰਤੂਗੀ, ਉਸ ਤੋਂ ਬਾਅਦ ਸਾਰਿਆਂ ਨੇ ਲੰਗਰ ਪਾਣੀ ਛੱਕ ਕੇ ਜਾਣਾ। ਇੰਨਾ ਕਹਿੰਦੇ ਹੋਏ ਅਗਲੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਨੇੜੇ ਉਹ ਬੈਠਾ ਹੋ